अस्सलाम वालेकुम व्यूअर्स, नवी वीडियो तो नवी रेसिपी ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅੱਜ ਦੀ ਮੇਰੀ ਵੀਡੀਓ ਬੜੀ ਸਵਾਦੀ ਹੈ, ਇਸ ਲਈ ਮੇਰੀ ਵੀਡੀਓ ਨੂੰ ਆਖਰ ਤੱਕ ਦੇਖਿਓ ਤਾਂ ਕਿ ਪੂਰੀ ਰੈਸਿਪੀ ਦਾ ਤੁਹਾਨੂੰ ਪਤਾ ਚੱਲ ਸਕੇ। ਜਿਸ ਵੇਲੇ ਮੇਰੀ ਵੀਡੀਓ ਵੇਖ ਲਓ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਆਖਰ ਇਸ ਘੰਟੀ ਵਾਲਾ ਬਟਨ ਦਬਾਉਣਾ ਨਹੀਂ ਭੁੱਲਣਾ। ਅੱਜ ਦੀ ਰੈਸਿਪੀ ਵਿੱਚ ਅਸੀਂ ਬਣਾਉਣ ਲੱਗੇ ਹਾਂ ਚਨਿਆਂ ਦੀ ਚਾਟ। ਉਹਦੇ ਵਾਸਤੇ ਅਸੀਂ 1/2 ਕਿਲੋ ਚਨਿਆਂ ਨੂੰ ਉਬਾਲ ਲਿਆ ਤੇ ਉਬਲੇ ਹੋਏ ਚਨੇ ਅਸੀਂ ਹੁਣ ਇੱਕ ਡੋਂਗੇ 'ਚ ਪਾ ਲੈਣੇ ਆ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ 'ਚ ਵੇਖ ਸਕਦੇ ਹੋ, ਹੁਣ ਇੱਕ ਸੇਬ ਨੂੰ ਬਾਰੀਕ ਕੱਟ ਲੈਣਾ, ਉਹ ਵੀ ਚਨਿਆਂ 'ਚ ਸ਼ਾਮਲ ਕਰ ਲੈਣਾ। 4 ਤੋਂ 5 ਕਟੀਆਂ ਹੋਈਆਂ ਸਬਜ਼ ਮਿਰਚਾਂ ਵੀ ਸ਼ਾਮਲ ਕਰ ਲੈਣੀਆਂ। ਇੱਕ ਬਾਰੀਕ ਕਟਿਆ ਹੋਇਆ ਟਮਾਟਰ ਵੀ ਸ਼ਾਮਲ ਕਰ ਲੈਣਾ। 4 ਤੋਂ 5 ਬਾਰੀਕ ਕਟੀਆਂ ਹੋਈਆਂ ਸਟ੍ਰੋਬੇਰੀ ਵੀ ਸ਼ਾਮਲ ਕਰ ਲੈਣੀਆਂ। ਬਾਰੀਕ ਕਟੇ ਹੋਏ 2 ਦਰਮਿਆਨੀ ਪਿਆਜ਼ ਵੀ ਸ਼ਾਮਲ ਕਰ ਲੈਣੇ। ਬਾਰੀਕ ਕਟੇ ਹੋਏ ਖੀਰਾ ਵੀ ਸ਼ਾਮਲ ਕਰ ਲੈਣਾ। ਇਸ ਤਰ੍ਹਾਂ ਤੁਸੀਂ ਵੀਡੀਓ 'ਚ ਵੇਖ ਸਕਦੇ ਹੋ, 2 ਦਰਮਿਆਨੇ ਉਬਲੇ ਹੋਏ ਆਲੂ ਵੀ ਸ਼ਾਮਲ ਕਰ ਦਿੱਤੇ। ਆਲੂ ਸ਼ਾਮਲ ਕਰਨੇ ਤੋਂ ਬਾਅਦ 2 ਚਾਹੜੇ ਚਮਚ ਨਮਕ ਦੇ ਵੀ ਸ਼ਾਮਲ ਕਰ ਦਿੱਤੇ। ਨਮਕ ਸ਼ਾਮਲ ਕਰਨੇ ਤੋਂ ਬਾਅਦ 1/2 ਚਾਹੜਾ ਚਮਚ ਕਾਲੀ ਮਿਰਚ ਦਾ ਵੀ ਸ਼ਾਮਲ ਕਰ ਦਿੱਤਾ। 2 ਚਾਹੜੇ ਚਮਚ ਚਾਟ ਮਸਾਲੇ ਦੇ ਵੀ ਸ਼ਾਮਲ ਕਰ ਦੇਣੇ ਆ। ਇਸਲੇ ਚਾਟ ਮਸਾਲਾ ਸ਼ਾਮਲ ਕਰ ਦਿਓ, 2 ਕਿਨੂਆਂ ਦਾ ਰਸ ਵੀ ਸ਼ਾਮਲ ਕਰ ਦੇਣਾ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ 'ਚ ਵੇਖ ਸਕਦੇ ਹੋ, ਇਹਨੂੰ ਤੇ ਰਸ ਨੂੰ ਮੈਂ ਛਾਣਿਆ ਨਹੀਂ ਕਿਉਂਕਿ ਇਹਦਾ ਪਲਪ ਬਹੁਤ ਹੀ ਵਧੀਆ ਲੱਗਦਾ ਚਣਿਆਂ ਦੀ ਚਾਟ 'ਚ ਤੇ ਉੱਤੇ ਜਿਹੜੇ ਬੀ ਪਏ ਕਿਨੂਆਂ ਦੇ ਤੁਸੀਂ ਆਹਿਸਤਾ ਆਹਿਸਤਾ ਚੱਕ ਲੈਣੇ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ 'ਚ ਵੇਖ ਸਕਦੇ ਹੋ, ਜਿਸ ਵੇਲੇ ਕਿਨੂਆਂ ਦੇ ਬੀ ਅੱਛੀ ਤਰ੍ਹਾਂ ਨਾਲ ਚੱਕ ਹੋ ਜਾਣ ਤਾਂ ਫਿਰ ਅੱਛੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ। ਹੁਣ ਅਸੀਂ ਸਭ ਤੋਂ ਆਖਰ 'ਚ ਇਮਲੀ ਤੇ ਆਲੂ ਬੁਖਾਰੇ ਦੀ ਚਟਣੀ ਸ਼ਾਮਲ ਕਰਾਂਗੇ। ਚਟਣੀ ਸ਼ਾਮਲ ਕਰਕੇ ਤਾਂ ਫਿਰ ਅੱਛੀ ਤਰ੍ਹਾਂ ਦੇ ਨਾਲ ਇਹਨੂੰ ਮਿਕਸ ਕਰ ਲੈਣਾ। ਇੱਥੇ ਮੈਂ ਇੱਕ ਗੱਲ ਦੱਸ ਜਿਵੇਂ, ਅਗਰ ਸਟ੍ਰੋਬੇਰੀ ਤੁਹਾਡੇ ਕੋਲ ਮੌਜੂਦ ਆ ਤਾਂ ਤੁਸੀਂ ਸ਼ਾਮਲ ਕਰ ਲਓ, ਅਗਰ ਨਹੀਂ ਹੈਗੀ ਤਾਂ ਨਹੀਂ ਵੀ ਸ਼ਾਮਲ ਕਰ ਸਕਦੇ। ਵੇਖਣ ਨੂੰ ਤਾਂ ਚਨਾ ਜੜ ਬਹੁਤ ਹੀ ਵਧੀਆ ਲੱਗਣ ਦੇ ਆ। ਹੁਣ ਇਫਤਾਰੀ ਤੋਂ ਬਾਅਦ ਖਾ ਕੇ ਵੇਖਾਂਗੇ ਕਿ ਇਸ ਤਰ੍ਹਾਂ ਦਾ ਜ਼ਾਇਕਾ। ਤੁਸੀਂ ਆਪਣੇ ਘਰਾਂ 'ਚ ਇਫਤਾਰੀ ਵੇਲੇ ਚਨਾ ਚਾਟ ਇਸੇ ਤਰੀਕੇ ਨਾਲ ਜ਼ਰੂਰ ਬਣਾਉਣਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਰੈਸਿਪੀ ਕਿੱਦਾਂ ਦੀ ਲੱਗੀ। ਮੈਨੂੰ ਦੁਆਵਾਂ 'ਚ ਯਾਦ ਰੱਖਣਾ। ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦਾ ਕਰਦੇ ਐਂਡ, ਇਨਸ਼ਾਅੱਲਾ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਫਿਰ ਹੋਵਾਂਗੇ ਹਾਜ਼ਰ। ਉਸ ਵਕਤ ਤੱਕ ਇਜਾਜ਼ਤ, ਰੱਬ ਰਾਖਾ।